ਖਾਲਸਾ ਸਿਰਜਣਾ ਦਿਹਾੜਾ ਵਿਸਾਖੀ ਦੇ ਵਿੱਚ ਸਿਰਫ ਅੱਜ ਤੇ ਕੱਲ ਦਾ 2 ਦਿਨ ਰਹਿ ਗਏ ਨੇ ਤੇ ਇਸ ਦੌਰਾਨ ਪਾਕਿਸਤਾਨ ਜਾਣ ਵਾਲੀ ਸਿੱਖ ਸੰਗਤ ਨੂੰ ਪਾਕਿਸਤਾਨ ਦੀ ਐਮਬੈਸੀ ਨੇ ਵੱਡਾ ਝਟਕਾ ਦਿੱਤਾ ਹੈ ਲਗਭਗ 546 ਸ਼ਰਧਾਲੂਆਂ ਨੂੰ ਵੀਜ਼ੇ ਨਹੀਂ ਜਾਰੀ ਕੀਤੇ ਗਏ ਐਸਜੀਪੀਸੀ ਦੇ 929 ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਨੇ ਪਾਕਿਸਤਾਨੀ ਦੂਤਾਵਾਸ ਨੇ ਕੱਲ 2843 ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਨੇ ਜਿਹੜੇ ਐਸਜੀਪੀਸੀ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਅਪਲਾਈ ਕੀਤੇ ਗਏ ਸਨ ਖਾਲਸਾ ਸਿਰਜਣਾ ਦਿਹਾੜੇ ਮੌਕੇ ਪਾਕਿਸਤਾਨ ਦੇ ਵਿੱਚ 13 ਤੋਂ ਲੈ ਕੇ 22 April ਤੱਕ ਸਾਲਾਨਾ ਸਵਾਗਤ ਹੋਣਗੇ ਸੰਗਤ ਗੁਰਦੁਆਰਾ ਪੰਜਾ ਸਾਹਿਬ ਨਨਕਾਣਾ ਸਾਹਿਬ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੇਗੀ ਐਸਜੀਪੀਸੀ ਨੇ ਕੁੱਲ 1525 ਸ਼ਰਧਾਲੂਆਂ ਦੇ ਵੀਜ਼ੇ ਅਪਲਾਈ ਕੀਤੇ ਸਨ ਜਿਨ੍ਹਾਂ ਵਿੱਚੋਂ 596 ਸ਼ਰਧਾਲੂਆਂ ਨੂੰ ਵੀਜ਼ੇ ਨਾ ਦੇਣ ਨੂੰ ਐਸਜੀਪੀਸੀ ਨੇ ਮੰਦਭਾਗੀ ਕਾਰਵਾਈ ਦੱਸਿਆ ਹੈ ਐਸਜੀਬੀਸੀ ਸਖਤਰ ਪ੍ਰਤਾਪ ਸਿੰਘ ਨੇ ਭਾਰਤ ਤੇ ਪਾਕਿਸਤਾਨ ਸਰਕਾਰਾਂ ਨੂੰ ਅਪੀਲ ਕੀਤੀ ਕਿ ਗੁਰੂ ਘਰਾਂ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਨੂੰ ਖੁੱਲ੍ਹ ਦਲੀ ਨਾਲ ਵੀਜ਼ੇ ਦਿੱਤੇ ਜਾਣ ਤਾਂ ਜੋ ਸੰਗਤ ਆਪਣੇ ਤੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੇਦਾਰੇ ਕਰ ਸਕੇ ਜਿਨ੍ਹਾਂ ਨੂੰ ਵੀਜ਼ੇ ਜਾਰੀ ਕੀਤੇ ਗਏ ਨੇ ਉਹ 13 April ਪਰਸੋਂ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਕਾਰਿਆਂ ਦੀ ਗੂੰਜ ਵਿੱਚ ਰਵਾਨਾ ਹੋਵੇਗਾ ਤੇ ਪਾਕਿਸਤਾਨ ਦੇ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨਾਂ ਤੋਂ ਬਾਅਦ 22 April ਨੂੰ ਵਾਪਸ ਮੁਲਕ ਪਰਤੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ 325ਵੀਂ ਖਾਲਸਾ ਸਿਰਜਣਾ ਦਿਹਾੜੇ ਮੌਕੇ 13 ਅਪ੍ਰੈਲ ਨੂੰ ਹਰੇਕ ਸਿੱਖ ਨੂੰ ਆਪਣੇ ਘਰਾਂ ਤੇ ਖਾਲਸਾਈ ਨਿਸ਼ਾਨ ਸਾਹਿਬ ਚੁਲਾ ਕੇ ਕੌਮੀ ਜਾਹੋ ਜਲਾਲ ਦਾ ਪ੍ਰਗਟਾਵਾ ਕਰਨ ਦੇ ਆਦੇਸ਼ ਦਾ ਸਵਾਗਤ ਕੀਤਾ ਐਸਜੀਬੀਸੀ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੀਆਂ ਸਾਰੀਆਂ ਸੰਸਥਾਵਾਂ ਤੇ ਆਧਾਰਿਆਂ ਦੇ ਵਿੱਚ ਜਥੇਦਾਰ ਸਹਿਬਾਨਾਂ ਦੇ ਇਸ ਆਦੇਸ਼ ਨੂੰ ਪੂਰਨ ਰੂਪ ਦੇ ਵਿੱਚ ਲਾਗੂ ਕੀਤਾ ਜਾਵੇਗਾ ਜਿਸ ਤਹਿਤ ਸਭ ਕਿਤੇ ਖਾਲਸਾਈ ਨਿਸ਼ਾਨ ਸਾਹਿਬ ਚੁਲਾਏ ਜਾਣਗੇ ਪਰਸੋ ਪੰਜ ਸਿੰਘ ਸਹਿਬਾਨਾਂ ਦੀ ਹੰਗਾਮੀ ਮੀਟਿੰਗ ਤੋਂ ਬਾਅਦ ਜਥੇਦਾਰ ਸਾਹਿਬ ਨੇ ਚਾਰ ਆਦੇਸ਼ ਜਾਰੀ ਕੀਤੇ ਸਨ ਜਿਨ੍ਹਾਂ ਵਿੱਚੋਂ ਇੱਕ ਆਦੇਸ਼ ਵਿਸਾਖੀ ਮੌਕੇ ਖਾਲਸਾ ਸਿਰਜਣਾ ਦਿਹਾੜੇ ਮੌਕੇ ਸਾਰੀ ਸਿੱਖ ਸੰਗਤ ਨੂੰ ਆਪੋ ਆਪਣੇ ਘਰਾਂ ਆਧਾਰਿਆਂ ਤੇ ਖਾਲਸਾ ਨਿਸ਼ਾਨ ਸਾਹਿਬ ਚਲਾਉਣ ਦਾ ਆਦੇਸ਼ ਹੈ ਦੁਨੀਆ ਚ ਉੱਚ ਸਿੱਖਿਆ ਸੰਸਥਾਵਾਂ ਦੇ ਲਈ ਕਯੂਐਸ ਵਰਲਡ ਰੈਂਕਿੰਗ ਇਸ ਸਾਲ 2024 ਲਈ ਜਾਰੀ ਹੋਈ ਸੂਚੀ ਵਿੱਚ ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਭਾਰਤ ਦੀ ਸਭ ਤੋਂ ਉੱਚੀ ਰੈਂਕ ਵਾਲੀ ਯੂਨੀਵਰਸਿਟੀ ਕਰਾਰ ਦਿੱਤਾ ਗਿਆ ਹੈ ਵਿਸ਼ੇ ਦੇ ਆਧਾਰ ਤੇ 2024 ਕਯੂਐਸ ਵਰਲਡ ਯੂਨੀਵਰਸਿਟੀ ਰੈਂਕਿੰਗ ਵਿੱਚ 425 ਬ੍ਰਾਂਚਾਂ ਦੇ ਨਾਲ 69 ਭਾਰਤੀ ਯੂਨੀਵਰਸਿਟੀਆਂ ਨੇ ਰੈਂਕਿੰਗ ਵਿੱਚ ਸਥਾਨ ਬਣਾਇਆ ਜੋ ਕਿ ਪਿਛਲੇ ਸਾਲ ਦੀਆਂ 355 ਸੰਸਥਾਵਾਂ ਤੋਂ 19.4 ਫੀਸਦੀ ਦਾ ਵਾਧਾ ਦਰਸਾਉਂਦਾ ਹੈ ਭਾਰਤ ਵਿੱਚ ਸਭ ਤੋਂ ਉੱਚੇ ਰੈਂਕ ਵਾਲੀ ਯੂਨੀਵਰਸਿਟੀ ਡਵੈਲਪਮੈਂਟ ਸਟੱਡੀਜ਼ ਦੇ ਲਈ ਜੀਐਨਯੂ ਯਾਨਕਿ ਜਵਾਰ ਲਾਲ ਨਹਿਰੂ ਯੂਨੀਵਰਸਿਟੀ ਰਹੀ ਹੈ ਜਿਸ ਨੂੰ ਆਲਮੀ ਪੱਧਰ ਤੇ 20ਵਾਂ ਸਥਾਨ ਮਿਲਿਆ ਹੈ ਇਸ ਲੜੀ ਵਿੱਚ ਅਗਲੇ ਦੋ ਵੱਡੇ ਰੈਂਕ ਵਾਲੀਆਂ ਯੂਨੀਵਰਸਿਟੀਆਂ ਵਿੱਚ IIM ਅਹਮਦਾਬਾਦ ਬਿਜ਼ਨਸ ਐਂਡ ਮੈਨੇਜਮੈਂਟ ਸਟੱਡੀਜ਼ ਦੇ ਲਈ 22ਵੇਂ ਸਥਾਨ ਤੇ ਹੈ ਜਦਕਿ ਸਵਿਤਾ ਇੰਸਟੀਚਿਊਟ ਆਫ ਮੈਡੀਕਲ ਐਂਡ ਟੈਕਨੀਕਲ ਸਾਇੰਸ ਨੇ ਡੈਂਟਿਸਟਰੀ ਸੰਸਥਾਵਾਂ ਦੇ ਵਿੱਚ ਵਿਸ਼ੇ ਪੱਧਰ ਤੇ 24ਵਾਂ ਸਥਾਨ ਹਾਸਲ ਕੀਤਾ ਹੈ ਇਸੇ ਤਰ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਨੇ ਪ੍ਰਾਉਣਾਚਾਰੀ ਤੇ ਮਨੋਰੰਜਨ ਪ੍ਰਬੰਧਨ ਵਿਸ਼ੇ ਦੀ ਸੂਚੀ ਦੇ ਵਿੱਚ 51ਵੇਂ ਤੋਂ 100ਵੇਂ ਸਥਾਨ ਦੇ ਵਿੱਚ ਰੈਂਕਿੰਗ ਚ ਥਾਂ ਬਣਾਈ ਹੈ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਹੁਣ ਕਣਕ ਦੀ ਫਸਲ ਪਹੁੰਚਣੀ ਸ਼ੁਰੂ ਹੋ ਗਈ ਹੈ ਹਾਲਾਂਕਿ ਮਾਨ ਸਰਕਾਰ ਨੇ 1 ਅਪ੍ਰੈਲ ਤੋਂ ਹੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਫਸਲ ਦੀ ਵਾਢੀ ਲੇਟ ਹੋਣ ਕਰਕੇ ਕਣਕ ਦੀ ਫਸਲ ਵੀ ਮੰਡੀਆਂ ਦੇ ਵਿੱਚ ਲੇਟ ਪਹੁੰਚ ਰਹੀ ਹੈ ਹਾਲਾਂਕਿ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 1528 ਮੀਟ्रिक टन ਕਣਕ ਹੀ ਪਹੁੰਚੀ ਹੈ ਜਿਸ ਵਿੱਚੋਂ 1105 ਐਮਟੀ ਦੀ ਕੱਲ ਹੀ ਆਮਦ ਹੋਈ ਹੈ ਕੁੱਲ 753 ਮੀਟ्रिक टन ਕਣਕ ਖਰੀਦੀ ਜਾ ਚੁੱਕੀ ਹੈ ਇਸ ਮੌਕੇ ਲੁਧਿਆਣਾ ਦੇ ਵਿੱਚ ਕਿਸਾਨ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਸੂਬੇ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਆਪਣੀ ਕਣਕ ਦੀ ਫਸਲ ਨੂੰ ਸਾਈਲੋਸ ਦੀ ਬਜਾਏ ਮੰਡੀਆਂ ਦੇ ਵਿੱਚ ਹੀ ਜਾ ਕੇ ਵੇਚਣ ਭਾਰਤੀ ਖੁਰਾਕ ਮੰਤਰਾਲੇ ਨੇ ਦੱਸਿਆ ਕਿ ਖੰਡ ਮਿਲਾਂ ਨੇ ਚਾਲੂ ਪੜਾਈ ਸੀਜ਼ਨ ਦੇ ਪਹਿਲੇ 6 ਮਹੀਨਿਆਂ ਵਿੱਚ ਗੰਨਾ ਕਿਸਾਨਾਂ ਨੂੰ 78000 ਕਰੋੜ ਦਾ ਭੁਗਤਾਨ ਕਰ ਦਿੱਤਾ ਹੈ। ਲੋਕ ਸਭਾ ਚੋਣ ਦੰਗਲ ਦੇ ਨਾਲ ਜੁੜੀ ਪੰਜਾਬ ਦੀ ਅਹਿਮ ਖਬਰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਵਿੱਚ ਹੁਣ ਤਕਰੀਬਨ ਸਾਰੀਆਂ ਪਾਰਟੀਆਂ ਨੇ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਨੇ ਆਮ ਆਦਮੀ ਪਾਰਟੀ ਨੇ ਤਾਂ ਪਹਿਲਾਂ ਹੀ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੋਇਆ ਤੇ ਹੁਣ 16 ਅਪ੍ਰੈਲ ਨੂੰ ਜਲੰਧਰ ਤੇ ਲੁਧਿਆਣਾ ਸੀਟਾਂ ਤੇ ਉਮੀਦਵਾਰ ਵੀ ਐਲਾਨ ਦਿੱਤੇ ਜਾਣਗੇ ਇਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਦਿੱਤੀ ਮੁੱਖ ਮੰਤਰੀ ਨੇ ਸਿਰਫ ਇੰਨਾ ਹੀ ਲਿਖਿਆ ਜਲੰਧਰ ਤੇ ਲੁਧਿਆਣਾ ਸੀਟਾਂ ਦੇ ਉਮੀਦਵਾਰਾਂ ਦਾ 16 ਅਪ੍ਰੈਲ ਨੂੰ ਐਲਾਨ ਹੋਵੇਗਾ ਜ਼ਿੰਦਾਬਾਦ ਹਾਲਾਂਕਿ ਸੀਐਮ ਦੇ ਇਸ ਟਵੀਟ ਤੇ ਕੁਝ ਲੋਕਾਂ ਨੇ ਮਜ਼ਾਕਿਆ ਲੈਜ਼ੇ ਦੇ ਵਿੱਚ ਰਿਪਲਾਈ ਵੀ ਕੀਤਾ ਕਿ ਮੁੱਖ ਮੰਤਰੀ ਇਨਕਲਾਬ ਲਿਖਣਾ ਭੁੱਲ ਗਏ ਖੈਰ ਹੁਣ ਤੱਕ ਆਮ ਆਦਮੀ ਪਾਰਟੀ ਦੋ ਸੂਚੀਆਂ ਜਾਰੀ ਕਰ ਚੁੱਕੀ ਹੈ ਪਹਿਲੀ ਸੂਚੀ ਵਿੱਚ 13 ਲੋਕ ਸਭਾ ਸੀਟਾਂ ਵਿੱਚੋਂ 8 ਦੇ ਨਾਮ ਐਲਾਨੇ ਗਏ ਸਨ ਪਰ ਉਹਨਾਂ 8ਾਂ ਦੇ ਵਿੱਚੋਂ ਸੁਸ਼ੀਲ ਕੁਮਾਰ ਰਿੰਕੂ ਪਾਲਾ ਬਦਲ ਗਏ ਸਨ ਜਿਸ ਤੋਂ ਬਾਅਦ ਅਨੰਦਪੁਰ ਸਾਹਿਬ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਤੇ ਹੁਣ ਸਿਰਫ 4 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਬਾਕੀ ਹੈ ਕਾਂਗਰਸ ਪਾਰਟੀ ਵੀ ਪਹਿਲੀ ਸੂਚੀ ਵਿੱਚ 7 ਤੋਂ 8 ਉਮੀਦਵਾਰਾਂ ਦਾ ਨਾਮ ਵਿਸਾਖੀ ਮੌਕੇ ਐਲਾਨ ਸਕਦੀ ਹੈ। ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਦਾ ਨਾਮ ਫਾਈਨਲ ਮੰਨਿਆ ਜਾ ਰਿਹਾ ਹੈ। ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਤੇ ਬਠਿੰਡਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੂੰ ਉਮੀਦਵਾਰ ਬਣਾਏ ਜਾਣ ਦੀ ਪੂਰੀ-ਪੂਰੀ ਸੰਭਾਵਨਾ ਹੈ। ਵੱਡਾ ਪੇਚ ਅਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਫਸਿਆ ਹੋਇਆ ਹੈ। ਅੰਮ੍ਰਿਤਸਰ ਸੀਟ ਤੋਂ ਗੁਰਜੀਤ ਔਜਲਾ ਜਾਂ ਓਪੀ ਸੋਨੀ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। ਕਾਂਗਰਸ ਨੂੰ ਫਤਿਹਗੜ੍ਹ ਸਾਹਿਬ ਤੇ ਫਰੀਦਕੋਟ ਤੋਂ ਹਾਲੇ ਵੀ ਉਮੀਦਵਾਰ ਦੀ ਭਾਲ ਹੈ Yeah. ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਪਹਿਲੇ ਪੜਾਅ ਦੇ ਵਿੱਚ 7 ਜਾਂ 8 ਸੀਟਾਂ ਤੇ ਉਮੀਦਵਾਰ ਐਲਾਨੇ ਜਾ ਸਕਦੇ ਨੇ 1998 ਤੋਂ ਬਾਅਦ ਪਹਿਲੀ ਵਾਰੀ ਲੋਕ ਸਭਾ ਚੋਣਾਂ ਪਾਰਟੀ ਦੇ ਵੱਲੋਂ ਇਕੱਲੇ ਲੜੀਆਂ ਜਾਣਗੀਆਂ ਜਿਸ ਕਰਕੇ ਅੰਮ੍ਰਿਤਸਰ ਗੁਰਦਾਸਪੁਰ ਤੇ ਹੁਸ਼ਿਆਰਪੁਰ ਸੀਟ ਤੋਂ ਅਕਾਲੀ ਦਲ ਲੰਮੇ ਅਰਸੇ ਬਾਅਦ ਆਪਣੇ ਉਮੀਦਵਾਰ उतारेਗਾ ਤੇ ਇੱਥੇ ਅਕਾਲੀ ਉਮੀਦਵਾਰਾਂ ਦੇ ਜਿੱਤਣ ਦੀ ਸੰਭਾਵਨਾ ਘੱਟ ਜਾਪਦੀ ਹੈ ਸੂਤਰ ਦੱਸਦੇ ਨੇ ਕਿ ਬਠਿੰਡਾ ਸੀਟ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਨਾਮ ਫਾਈਨਲ ਹੈ ਪਟਿਆਲਾ ਤੋਂ ਐਨ ਕੇ ਸ਼ਰਮਾ ਤੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਨੂੰ ਉਮੀਦਵਾਰ ਬਣਾਏ ਜਾਣਾ ਲਗਭਗ ਤੈ ਫਿਰੋਜ਼ਪੁਰ ਸੀਟ ਤੋਂ ਸਾਬਕਾ ਸੰਸਦ ਮੈਂਬਰ ਮਰਹੂਮ ਜ਼ੋਰਾ ਸਿੰਘ ਮਾਨ ਦੇ ਪੁੱਤਰ ਨੋਨੀ ਮਾਨ ਨੂੰ ਉਮੀਦਵਾਰ ਬਣਾਏ ਜਾਣ ਦੀਆਂ ਖਬਰਾਂ ਮਿਲ ਰਹੀਆਂ ਨੇ ਜਲੰਧਰ ਤੋਂ ਪਵਨ ਟਿੰਨੂ ਦੇ ਨਾਮ ਤੇ ਸਹਿਮਤੀ ਬਣੀ ਹੈ ਜਦਕਿ ਅਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਮੀਦਵਾਰ ਹੋ ਸਕਦੇ ਨੇ ਹਾਲਾਂਕਿ ਅਨੰਦਪੁਰ ਸਾਹਿਬ ਤੋਂ ਡਾਕਟਰ ਦਲਜੀਤ ਸਿੰਘ ਚੀਮਾ ਵੀ ਵੱਡੇ ਦਾਵੇਦਾਰ ਨੇ ਸੰਗਰੂਰ ਦੇ ਵਿੱਚ ਉਮੀਦਵਾਰਾਂ ਦਾ ਪੇਚਾ ਬੁਰੀ ਤਰ੍ਹਾਂ ਦੇ ਨਾਲ ਫਸਿਆ ਹੋਇਆ ਹੈ ਇਸ ਸੀਟ ਦੇ ਮੁੱਖ ਦਾਵੇਦਾਰ ਇਕਬਾਲ ਸਿੰਘ ਝੁੰਦਾ ਤੇ ਪਰਮਿੰਦਰ ਸਿੰਘ ਢੀਂਡਸਾ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਹੋਣ ਕਰਕੇ ਇਹ ਸੀਟ ਪੰਜਾਬ ਦੀ ਹੌਟ ਸੀਟ ਵੀ ਹੈ ਤੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਸਾਥੀਆਂ ਸਮੇਤ ਥੋੜਾ ਸਮਾਂ ਪਹਿਲਾਂ ਹੀ ਇਕਾਲੀ ਦਲ ਦੇ ਵਿੱਚ ਵਾਪਸ ਆਏ ਨੇ ਉਹ ਆਪਣੇ ਪੁੱਤ ਦੀ ਟਿਕਟ ਲਈ ਡਟੇ ਹੋਏ ਨੇ ਜਦਕਿ ਸ਼੍ਰੋਮਣੀ ਅਕਾਲੀ ਦਲ ਲਈ ਇਕਬਾਲ ਸਿੰਘ ਝੁੰਦਾ ਨੂੰ ਨਜ਼ਰਅੰਦਾਜ਼ ਕਰਨਾ ਵੀ ਸੌਖਾ ਨਹੀਂ ਹੈ ਅਜਿਹੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਦਫਾ ਅਕਾਲੀ ਦਲ ਨੂੰ ਵੱਡੀ ਕਮੀ ਰੜਕ ਰਹੀ ਹੈ ਕਿਉਂਕਿ ਵੱਡੇ ਬਾਦਲ ਵਿੱਚ ਖਾਸ ਕਰਕੇ ਟਿਕਟਾਂ ਦੀ ਵੰਡ ਮੌਕੇ ਪੈਣ ਵਾਲੇ ਖਿਡਾਰੇ ਨੂੰ ਸਾਂਭਣ ਦੀ ਵੱਡੀ ਕਾਬਲੀਅਤ ਸੀ ਤੇ ਜੇ ਅਕਾਲੀ ਦਲ ਸਹੀ ਤਰੀਕੇ ਦੇ ਨਾਲ ਫੈਸਲਾ ਨਹੀਂ ਲੈਂਦਾ ਤਾਂ ਕੋਈ ਵੀ ਅਕਾਲੀ ਦਲ ਦਾ ਹੋਰ ਵੱਡਾ ਲੀਡਰ ਅਕਾਲੀ ਦਲ ਨੂੰ ਫਤਿਹ ਬੁਲਾ ਕੇ ਭਾਜੀਪੀ ਦਾ ਪੱਲਾ ਵੀ ਫੜ ਸਕਦਾ ਹੈ ਸਿਕੰਦਰ ਸਿੰਘ ਮਲੂਕਾ ਤੋਂ ਇਲਾਵਾ ਦੋ ਹੋਰ ਵੱਡੇ ਅਕਾਲੀ ਲੀਡਰਾਂ ਦੇ ਵੀ ਇਸ ਮੁੱਦੇ ਤੇ ਕਾਫੀ ਚਰਚਾ ਚੱਲ ਰਹੀ ਹੈ ਬੀਜੇਪੀ ਦੀ ਗੱਲ ਕਰ ਲਈਏ ਤਾਂ ਭਾਜਪਾ ਵੀ ਪਹਿਲੀ ਸੂਚੀ ਵਿੱਚ 6 ਉਮੀਦਵਾਰਾਂ ਦੇ ਨਾਮ ਐਲਾਨ ਚੁੱਕੀ ਹੈ। ਬਾਕੀ 7 ਦੇ ਬਚੇ ਹਨ ਉਹਨਾਂ ਦਾ ਵੀ ਐਲਾਨ ਛੇਤੀ ਕੀਤੇ ਜਾਣ ਦੀ ਸੰਭਾਵਨਾ ਹੈ। ਦਰਅਸਲ ਪੰਜਾਬ ਦੇ ਵਿੱਚ ਸਭ ਤੋਂ ਅਖੀਰਲੇ ਪੜਾਅ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ। ਇਸ ਕਰਕੇ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦੇ ਕੋਲ ਬਾਵਾ ਸਮਾਂ ਹੈ। ਹਾਲਾਂਕਿ ਚੋਣਾਂ ਦੇ ਪਿੜ ਦੇ ਵਿੱਚ ਇਹ ਸਭ ਤੋਂ ਅਹਿਮ ਰਣਨੀਤੀ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਉਮੀਦਵਾਰਾਂ ਦੇ ਨਾਮ ਐਲਾਨੇ ਜਾਣ। ਅਜਿਹਾ ਕਰਨ ਵਾਲੀ ਪਾਰਟੀ ਦੇ ਕਾਮਯਾਬ ਹੋਣ ਦੀ ਸੰਭਾਵਨਾ ਥੋੜੀ ਵੱਧ ਰਹਿੰਦੀ ਹੈ। ਖਨਾਰੀ ਅਤੇ ਸ਼ੰਭੂ ਬਾਰਡਰਾਂ ਤੇ ਲੱਗੇ ਮੋਰਚਿਆਂ ਨੂੰ ਪਰਸੋਂ ਪੂਰੇ 2 ਮਹੀਨੇ ਹੋ ਜਾਣਗੇ ਤੇ ਬਾਰਡਰਾਂ ਤੇ ਬੈਠੇ ਕਿਸਾਨ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਗਰਜ ਰਹੇ ਨੇ ਕੱਲ ਖਨੌਰੀ ਬਾਰਡਰ ਦੀ ਸਟੇਜ ਤੋਂ ਕਿਸਾਨ ਰਵਿੰਦਰ ਸਿੰਘ ਰਵੀ ਨੂੰ ਖਾਸ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਜੋ ਹਰਿਆਣਾ ਦੀ ਜਿੰਦ ਜੇਲ੍ਹ ਦੇ ਵਿੱਚ ਬੰਦ ਸਨ ਅਤੇ ਰਿਹਾ ਹੋ ਕੇ ਮੋਰਚੇ ਵਿੱਚ ਪਹੁੰਚੇ ਸਨ ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਿੰਨੇ ਵੀ ਕਿਸਾਨ ਹਰਿਆਣਾ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਸਨ ਉਨ੍ਹਾਂ ਤੇ ਤਸ਼ੱਦਦਤਾ ਕੀਤਾ ਗਿਆ ਸੀ ਪਰ ਰਵਿੰਦਰ ਸਿੰਘ ਰਵੀ ਨੇ ਇੱਕ ਅਹਿਮ ਖੁਲਾਸਾ ਕੀਤਾ ਕਿ ਜਿਸ ਨੇ ਰਵਿੰਦਰ ਸਿੰਘ ਰਵੀ ਦੀ ਕੁੱਟਮਾਰ ਕੀਤੀ ਸੀ ਉਹ ਪੁਲਿਸ ਮੁਲਾਜ਼ਮ ਨਹੀਂ ਸੀ ਹੁਣ ਆਖਿਆ ਕਿ ਕੇਂਦਰ ਦੀ ਬੀਜੇਪੀ ਸਰਕਾਰ ਦੀਆਂ ਨੀਤੀਆਂ ਤੇ ਰਵਈਆ ਕਿਸਾਨ ਵਿਰੋਧੀ ਹੈ ਡੱਲੇਵਾਲ ਨੇ ਜਾਬ ਸਰਕਾਰ ਦੀ ਵੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਖਨੌਰੀ ਬਾਰਡਰ ਤੇ ਹਾਲੇ ਤੱਕ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਜਦਕਿ ਬਿਜਲੀ ਪਾਣੀ ਤੇ ਪਖਾਨੇ ਆਦ ਦਾ ਪ੍ਰਬੰਧ ਸ਼ਾਂਤਮਈ ਧਰਨੇ ਤੇ ਬੈਠੇ ਸਾਰੇ ਲੋਕਾਂ ਦੇ ਲਈ ਕਰਨਾ ਜ਼ਰੂਰੀ ਹੁੰਦਾ ਹੈ ਉਦਰ ਸ਼ੰਭੂ ਬਾਰਡਰ ਤੇ ਸਰਗਰਮ ਰਹੇ ਇੱਕ ਹੋਰ ਕਿਸਾਨ ਦੀ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ। ਸੂਬਾ ਪ੍ਰਧਾਨ ਸੁਜੀਤ ਸਿੰਘ ਫੂਲ ਦੀ ਅਗਵਾਈ ਹੇਠਲੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰ ਨਾਲ ਸੰਬੰਧਿਤ 75 ਸਾਲ ਦੇ ਮੇਜਰ ਸਿੰਘ ਕਿਸਾਨ ਬਠਿੰਡਾ ਦੇ ਪਿੰਡ ਜੰਡ ਵਾਲਾ ਦਾ ਰਹਿਣ ਵਾਲਾ ਸੀ। ਕੱਲ ਉਹ ਜਦੋਂ ਗगन ਚੌਂਕ ਰਾਜਪੁਰਾ ਦੇ ਵਿੱਚ ਖੜਾ ਸੀ ਤਾਂ ਇੱਕ ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆ ਗਿਆ। ਭਾਵੇਂ ਮੌਕੇ ਤੇ ਮੌਜੂਦ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਮੇਜਰ ਸਿੰਘ ਨੂੰ ਫੁਰਤੀ ਨਾਲ ਨੀਲਮ ਹਸਪਤਾਲ ਤੱਕ ਲੈ ਕੇ ਗਏ ਪਰ ਡਾਕਟਰਾਂ ਨੇ ਮ੍ਰਿਤ ਐਲਾਨ ਦਿੱਤਾ। ਕਿਸਾਨੀ ਸੰਘਰਸ਼ ਦੇ ਵਿੱਚ ਹੁਣ ਤੱਕ ਕੁੱਲ 15 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ ਜਾਨ ਗਵਾਉਣ ਤੋਂ ਬਾਅਦ ਮਰਹੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਕੱਲ ਛੇਵਾਂ ਗਾਣਾ 410 ਵੀ ਰਿਲੀਜ਼ ਹੋ ਗਿਆ ਇਹ ਗਾਣਾ ਸਨੀ ਮਾਲਟਨ ਅਤੇ ਸਿੱਧੂ ਮੂਸੇਵਾਲੇ ਦਾ ਸਾਂਝਾ ਗਾਣਾ ਹੈ ਸਨੀ ਮਾਲਟਨ ਦੇ ਦੱਸਣ ਮੁਤਾਬਕ ਮੂਸੇਵਾਲੇ ਦਾ ਗਾਣਾ ਅਧੂਰਾ ਸੀ ਜਿਸ ਨੂੰ ਸਨੀ ਮਾਲਟਨ ਨੇ ਪੂਰਾ ਕੀਤਾ ਹੈ ਇਹ ਗਾਣਾ ਸਨੀ ਮਾਲਟਨ ਦੇ ਆਪਣੇ YouTube ਚੈਨਲ ਤੇ ਹੀ ਕੱਲ ਸ਼ਾਮ 5:04 ਮਿੰਟ ਤੇ ਸਨੀ ਮਾਲਟਨ ਦੇ ਆਪਣੇ YouTube ਚੈਨਲ ਤੇ ਇਹ ਗਾਣਾ ਰਿਲੀਜ਼ ਕੀਤਾ ਗਿਆ ਅੱਜ ਤੜਕੇ ਤੱਕ ਇਸ ਗਾਣੇ ਦੇ 2 ਮਿਲੀਅਨ ਤੋਂ ਵੱਧ ਵਿਊਜ਼ ਜਾ ਚੁੱਕੇ ਨੇ ਗਾਣਾ ਰਿਲੀਜ਼ ਹੋਣ ਤੋਂ ਪਹਿਲਾਂ ਹੀ 75000 ਤੋਂ ਵੱਧ ਪ੍ਰਸ਼ੰਸਕ ਇਸ ਗੀਤ ਨੂੰ ਸੁਣਨ ਦਾ ਇੰਤਜ਼ਾਰ ਕਰ ਰਹੇ ਸਨ ਗਾਣੇ ਦਾ ਨਾਮ 410 ਹੈ ਇਸੇ ਕਰਕੇ ਇਸ ਗੀਤ ਨੂੰ 4ਵੇਂ ਮਹੀਨੇ ਦੀ 10 ਤਰੀਕ ਨੂੰ ਹੀ ਰਿਲੀਜ਼ ਕੀਤਾ ਗਿਆ ਸਿੱਧੂ ਮੂਸੇਵਾਲਾ ਤੇ ਸਨੀ ਮਾਲਟਨ ਮਿੱਤਰਸਨ ਤੇ ਉਸਨੇ ਇਹ ਗੀਤ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਵਜੋਂ ਹੀ ਜਾਰੀ ਕੀਤਾ ਹੈ ਇਹ ਗੀਤ ਇੱਕ ਰੈਪ ਹੈ ਜਿਸ ਵਿੱਚ ਸਨੀ ਮਾਲਟਨ ਸੈਮੀ ਅੰਗਰੇਜ਼ੀ ਅਤੇ ਪੰਜਾਬੀ ਦੇ ਵਿੱਚ ਰੈਪ ਕਰਦੇ ਨਜ਼ਰ ਆਉਂਦੇ ਨੇ ਪਿਛਲੇ ਦਿਨੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵਲਟੋਹਾ ਦੇ ਵਿੱਚ 55 ਸਾਲ ਦੀ ਔਰਤ ਨਾਲ ਹੋਈ ਬਦਸਲੂਕੀ ਦਾ ਮਾਮਲਾ ਪੱਖ ਦਾ ਜਾ ਰਿਹਾ ਹੈ ਹਾਈ ਕੋਰਟ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਸਖਤੀ ਦਿਖਾਈ ਹੈ ਕਮਿਸ਼ਨ ਨੇ ਇਸ ਮਾਮਲੇ ਵਿੱਚ ਤਰਨਤਾਰਨ ਦੇ ਐਸਐਸਪੀ ਤੋਂ ਰਿਪੋਰਟ ਤਲਬ ਕੀਤੀ ਹੈ ਐਸਐਸਪੀ ਨੂੰ ਮਾਮਲੇ ਦੀ ਅਗਲੀ ਸੁਣਵਾਈ ਤੋਂ ਇੱਕ ਹਫ਼ਤਾ ਪਹਿਲਾਂ ਇਹ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਤੇ ਹਾਈ ਕੋਰਟ ਦੇ ਵਿੱਚ ਮਾਮਲੇ ਦੀ ਅਗਲੀ ਸੁਣਵਾਈ 11 ਜੂਨ ਨੂੰ ਹੋਵੇਗੀ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਪੰਜਾਬੀਆਂ ਦਾ ਫਿਕਰ ਨਹੀਂ ਇਹ ਸਿਰਫ ਦਿੱਲੀ ਵਾਲਿਆਂ ਲਈ ਧਰਨੇ ਦੇਣ ਜੋਗੇ ਨੇ ਭਾਰਤ ਦੇ ਵੱਡੇ ਉਦਯੋਗਪਤੀ ਅਨਿਲ ਅੰਬਾਨੀ ਦੀ ਕੰਪਨੀ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਨੇ 3 ਸਾਲ ਪਹਿਲਾਂ ਅਨਿਲ ਅੰਬਾਨੀ ਗਰੁੱਪ ਦੀ ਕੰਪਨੀ ਨੂੰ ਦਿੱਲੀ ਮੈਟਰੋ ਨਾਲ ਵਿਵਾਦ ਵਿੱਚ 8000 ਕਰੋੜ ਰੁਪਏ ਅਦਾ ਕਰਨ ਦੇ ਆਪਣੇ ਪੁਰਾਣੇ ਫੈਸਲੇ ਨੂੰ ਰੱਦ ਕਰਦਿਆ ਕੰਪਨੀ ਨੂੰ ਆਦੇਸ਼ ਦਿੱਤਾ ਹੈ ਕਿ ਉਹ ਹੁਣ ਤੱਕ ਮਿਲ ਚੁੱਕੇ 2500 ਕਰੋੜ ਰੁਪਏ ਦਿੱਲੀ ਮੈਟਰੋ ਨੂੰ ਵਾਪਸ ਕਰੇ ਸੁਪਰੀਮ ਕੋਰਟ ਨੇ ਕਿਹਾ ਕਿ ਪਿਛਲਾ ਫੈਸਲਾ ਬਹੁਤ ਵੱਡਾ ਅਨਿਆਸੀ ਮੈਟਰੋ ਰੇਲ ਕਾਰਪੋਰੇਸ਼ਨ ਦੀ 2021 ਦੇ ਫੈਸਲੇ ਖਿਲਾਫ ਅਰਜ਼ੇ ਦੀ ਇਜਾਜ਼ਤ ਦਿੰਦਿਆਂ ਚੀਫ ਜਸਟਿਸ ਡੀ.ਵਾਈ. ਚੰਦਰ ਚੋਢੀ ਅਗਵਾਈ ਹੇਠਲੀ ਬੈਂਚ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦਾ ਹੁਕਮ ਸੋਚਿਆ ਸਮਝਿਆ ਫੈਸਲਾ ਸੀ ਤੇ ਸੁਪਰੀਮ ਕੋਰਟ ਨੂੰ ਉਸ ਵਿੱਚ ਦਖਲ ਦੇਣ ਦਾ ਕੋਈ ਟੁਕਮਾ ਆਧਾਰ ਨਹੀਂ ਸੀ ਅੰਬਾਨੀ 2008 ਵਿੱਚ ਦੁਨੀਆ ਦੇ 6ਵੇਂ ਸਭ ਤੋਂ ਅਮੀਰ ਵਿਅਕਤੀ ਸਨ ਪਰ ਵਾਰੀ-ਵਾਰੀ ਲੱਗਦੇ ਝਟਕਿਆਂ ਕਰਕੇ ਉਹਨਾਂ ਦੀ ਹਾਲਤ ਬਦਲ ਗਈ ਤੇ ਹੁਣ ਉਹ ਅਮੀਰਾਂ ਦੀ ਸੂਚੀ ਵਿੱਚੋਂ ਤਕਰੀਬਨ ਬਾਹਰ ਹੋ ਗਏ ਨੇ ਭਾਰਤ ਦੇ ਵਿੱਚ ਸੋਨਾ ਹਾਲੇ ਵੀ ਛਾਲਾਂ ਮਾਰ ਕੇ ਵੱਧ ਰਿਹਾ ਹੈ ਸੋਨੇ ਤੇ ਚਾਂਦੀ ਦੇ ਭਾਅ ਦੀਆਂ ਕੀਮਤਾਂ ਲਗਾਤਾਰ ਤੀਸਰੇ ਦਿਨ ਵੀ ਕੱਲ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਨੇ ਤੇਜ਼ੀ ਦੇ ਇਸ ਦੌਰ ਦੌਰਾਨ ਸੋਨੇ ਦੀ ਕੀਮਤ ਪਹਿਲੀ ਵਾਰੀ 72000 ਰੁਪਏ ਨੂੰ ਤੋਲਾ ਹੋ ਗਈ ਹੈ ਕੌਮੀ ਰਾਜਸਥਾਨ ਵਿੱਚ ਸੋਨੇ ਦਾ ਭਾਅ 160 ਰੁਪਏ ਵੱਧ ਕੇ 72000 ਰੁਪਏ ਨੂੰ ਤੋਲਾ ਹੋ ਗਿਆ ਯਾਨੀ ਕਿ 72000 ਪ੍ਰਤੀ 10 ਗ੍ਰਾਮ ਹੋ ਗਿਆ ਹੈ ਇਸੇ ਤਰ੍ਹਾਂ ਚਾਂਦੀ ਦਾ ਭਾਅ 200 ਰੁਪਏ ਵੱਧ ਕੇ ਰਿਕਾਰਡ 84700 ਰੁਪਏ ਪ੍ਰਤੀ ਕਿਲੋ ਤੇ ਪਹੁੰਚ ਗਿਆ ਤੇ ਸੋਨੇ ਦੇ ਭਾਅ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਇਤਿਹਾਸਿਕ ਵਾਧਾ ਹੈ ਮਾਹਿਰ ਕਹਿੰਦੇ ਨੇ ਕਿ ਸੋਨੇ ਦਾ ਭਾਅ 1 ਲੱਖ ਤੱਕ ਪਹੁੰਚ ਜਾਵੇਗਾ ਚੰਡੀਗੜ੍ਹ ਵਾਸੀਆਂ ਦੇ ਲਈ ਖਾਸ ਤੇ ਜ਼ਰੂਰੀ ਖਬਰ ਹੈ ਕਿ ਕੱਲ 12 ਅਪ੍ਰੈਲ ਨੂੰ ਪੂਰੇ ਚੰਡੀਗੜ੍ਹ ਦੇ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਪੰਜਾਬ ਦੇ ਖਰੜ ਤੋਂ ਮੋਰਿੰਡਾ ਤੱਕ 66 ਕੇਵੀ ਬਿਜਲੀ ਸਪਲਾਈ ਲਾਈਨ ਦੇ 12 ਅਪ੍ਰੈਲ ਨੂੰ ਐਮਰਜੈਂਸੀ ਸ਼ਟਡਾਊਨ ਕਰਕੇ ਬਿਜਲੀ ਸੇਵਾ ਠੱਪ ਰਹਿਣ ਤੇ ਕਜੌਲੀ ਤੋਂ ਚੰਡੀਗੜ੍ਹ ਤੱਕ ਆਉਣ ਵਾਲੀ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਸ਼ਟਡਾਊਨ ਦੌਰਾਨ 12 ਅਪ੍ਰੈਲ ਨੂੰ ਤੜਕੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵਾਟਰਵਰਕਸ ਕਜੋਲੀ ਤੋਂ ਫੇਸ 1 ਤੋਂ 6 ਤੱਕ ਵਾਟਰਵਰਕਸ ਸੈਕਟਰ 39 ਚੰਡੀਗੜ੍ਹ ਤੱਕ ਕੱਚੇ ਪਾਣੀ ਦੀ ਪਾਈਪਿੰਗ ਨਹੀਂ ਹੋਵੇਗੀ ਇਸ ਕਰਕੇ ਪੂਰੇ ਚੰਡੀਗੜ੍ਹ ਦੇ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ 12 April ਯਾਨੀ ਕਿ ਕੱਲ ਨੂੰ ਤੜਕੇ ਤਾਂ ਪਾਣੀ ਦੀ ਸਪਲਾਈ ਆਮ ਦਿਨਾਂ ਵਾਂਗ ਪੂਰੇ ਪ੍ਰੈਸ਼ਰ ਤੇ ਹੋਵੇਗੀ ਪਰ ਸ਼ਾਮ ਨੂੰ ਪਾਣੀ ਦੀ ਸਪਲਾਈ ਬਹੁਤ ਘੱਟ ਪ੍ਰੈਸ਼ਰ ਤੇ ਹੋਵੇਗੀ ਇੱਕ ਵੱਡੀ ਜ਼ਰੂਰੀ ਖਬਰ ਵਾਹਨਾਂ ਨੂੰ ਲੈ ਕੇ ਹੈ ਖਾਸ ਕਰਕੇ ਉਹਨਾਂ ਲੋਕਾਂ ਲਈ ਜਿਹੜੇ ਕਾਰਾਂ ਤੇ ਪੰਜਾਬ ਤੋਂ ਹਰਿਆਣਾ ਹੁੰਦੇ ਦਿੱਲੀ ਜਾਂਦੇ ਨੇ ਜੇ ਤੁਹਾਡੀ ਗੱਡੀ 15 ਸਾਲ ਪੁਰਾਣੀ ਹੈ ਤਾਂ ਤੁਸੀਂ ਪਾਣੀਪਤ ਪਾਰ ਨਹੀਂ ਕਰ ਸਕੋਗੇ ਪਾਣੀਪਤ ਪੁਲਿਸ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਨਾਲ ਯੂਪੀ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੀਆਂ 15 ਸਾਲ ਪੁਰਾਣੀਆਂ ਗੱਡੀਆਂ ਹੁਣ ਦਿੱਲੀ ਨਹੀਂ ਪਹੁੰਚ ਸਕਣਗੀਆਂ ਪਾਣੀਪਤ ਪੁਲਿਸ ਨੇ ਪੈਟਰੋਲ ਰਾਹੀਂ ਚੱਲਣ ਵਾਲੀਆਂ 15 ਸਾਲ ਪੁਰਾਣੀਆਂ ਤੇ ਡੀਜ਼ਲ ਰਾਹੀਂ ਚੱਲਣ ਵਾਲੀਆਂ 10 ਸਾਲ ਪੁਰਾਣੀਆਂ ਗੱਡੀਆਂ ਨੂੰ ਜ਼ਬਤ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ ਇਸ ਲਈ ਪੁਲਿਸ ਨੇ ਪੂਰੀ ਪਲੈਨਿੰਗ ਬਣਾਈ ਹੈ ਐਸਪੀ ਨੇ ਟ੍ਰੈਫਿਕ ਅਪਾਲਿਸ ਨੂੰ ਸਖਤ ਨਿਰਦੇਸ਼ ਦਿੱਤੇ ਨੇ ਪੁਲਿਸ ਦੀਆਂ ਟੀਮਾਂ ਨੂੰ ਜੀਟੀ ਰੋਡ ਦੇ ਬਾਪੂਰ ਸਿਵਾਤ ਇਸਮਾਲਖਾ ਦੇ ਕੋਲ ਤਾਇਨਾਤ ਕੀਤਾ ਜਾਊਗਾ ਦਿੱਲੀ ਐਨਸੀਆਰ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਡੀਆਂ ਤੇ ਪਹਿਲਾਂ ਹੀ ਪਾਬੰਦੀ ਹੈ ਹਰਿਆਣਾ ਦੇ 14 ਜ਼ਿਲ੍ਹੇ ਝੱਜਰ ਪਲਵਲ सोनीपत ਗੁਰੂਗ੍ਰਾਮ ਪਾਣੀਪਤ ਰੋहतक ਮੇਵਾਤ ਰਿਵਾੜੀ ਭਵਾਨੀ ਮੇਂਦਰਗੜ ਫਰੀਦাবাদ ਕਰਨਾਲ ਚਰਖੀਦਾਦਰੀ ਜੀਂਦਵੀ ਐਨਸੀਆਰ ਅਧੀਨ ਆਉਂਦੇ ਨੇ ਇਸ ਲਈ ਪਾਣੀਪਤ ਪੁਲਿਸ ਨੇ ਹੁਣ ਸੁਰੱਖਿਆ ਸਖਤ ਕਰ ਦਿੱਤੀ ਐਸੋ ਜੇ ਤੁਹਾਡੇ ਕੋਲੇ 15 ਸਾਲ ਪੁਰਾਣੀ ਪੈਟਰੋਲ ਤੇ 10 ਸਾਲ ਪੁਰਾਣੀ ਡੀਜ਼ਲ ਗੱਡੀ ਹੈ ਤਾਂ ਸਮਝ ਕੇ ਦਿੱਲੀ ਵਾਲ ਨੂੰ ਪੈਰ ਪਟਿਓ ਦੇਸ਼ ਦੁਨੀਆ ਦੇ ਵਿੱਚ ਵਸਦੇ ਮੁਸਲਿਮ ਭਾਈਚਾਰੇ ਨੂੰ ਅਸੀਂ ਈਦੁਲ ਫਿਤਰ ਦੀਆਂ ਵਧਾਈਆਂ ਦਿੰਦੇ ਹਾਂ ਅੱਜ ਈਦ ਉਲ ਫਿਤਰ ਮੌਕੇ ਪੰਜਾਬ ਦੇ ਵਿੱਚ ਸਰਕਾਰੀ ਛੁੱਟੀ ਹੈ ਮੁਸਲਿਮ ਭਾਈਚਾਰੇ ਦੇ ਵੱਲੋਂ ਰਮਜ਼ਾਨ ਅਲ ਮੁਬਾਰਕ ਮਹੀਨੇ ਤੋਂ ਬਾਅਦ ਇਹ ਮਸਬੀ ਖੁਸ਼ੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਮੁਸਲਿਮ ਭਾਈਚਾਰੇ ਦੇ ਲੋਕ ਤੜਕੇ ਮਸੀਤਾਂ ਵਿੱਚ ਜਾ ਕੇ ਈਦੁਲ ਫਿਤਰ ਦੀ ਨਮਾਜ਼ ਪੜ੍ਹਦੇ ਨੇ ਤੇ ਇਸ ਨੂੰ ਨਿੱਕੀ ਈਦ ਜਾਂ ਈਦ ਅਲ ਫਿਤਰ ਵੀ ਕਿਹਾ ਜਾਂਦਾ ਹੈ ਇਸ ਦਿਨ ਮੁਸਲਮਾਨ ਭੈਣਾਂ ਤੇ ਭਰਾ ਇੱਕ ਦੂਸਰੇ ਨੂੰ ਜਫੀ ਪਾ ਕੇ ਈਦ ਦੀਆਂ ਵਧਾਈਆਂ ਦਿੰਦੇ ਨੇ ਰਮਜ਼ਾਨ ਮਹੀਨੇ ਦੀ ਸਮਾਪਤੀ ਦੇ ਮੌਕੇ ਤੇ ਈਦੁਲ ਫਿਤਰ ਮਨਾਇਆ ਜਾਂਦਾ ਯਾਨੀ ਕਿ ਇੱਕ ਮਹੀਨੇ ਦੇ ਵਰਤ ਨੂੰ ਮੁਸਲਮ ਭਾਈਚਾਰਾ ਇਸ ਦਿਨ ਤੋੜਦਾ ਹੈ ਅਤੇ ਖਾਣ ਪੀਣ ਦੀਆਂ ਦਾਵਤਾਂ ਦਿੱਤੀਆਂ ਜਾਂਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਤਕਰੀਬਨ ਸਾਰੇ ਲੀਡਰਾਂ ਨੇ ਮੁਸਲਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ਨੇ ਮੌਸਮ ਦੀ ਗੱਲ ਕਰ ਲਈਏ ਤਾਂ ਭਵਿੱਖਬਾਣੀ ਦੇ ਮੁਤਾਬਕ ਪਰਸੋਂ ਤੋਂ ਪੰਜਾਬ ਦੇ ਵਿੱਚ ਮੌਸਮ ਦਾ ਮਜਾਜ ਬਦਲ ਜਾਵੇਗਾ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਪਰ ਮੀਂਹੇਰੀ ਤੇ ਝੱਖੜ ਕਿਸਾਨਾਂ ਦੇ ਲਈ ਵੱਡੀ ਮੁਸੀਬਤ ਬਣ ਕੇ ਆਵੇਗਾ ਮੌਸਮ ਵਿਭਾਗ ਦੀ ਪੂਰਵਖਣੇ ਦੇ ਮੁਤਾਬਕ 13 14 ਤੇ 15 April ਨੂੰ ਪੰਜਾਬ ਦੇ ਵਿੱਚ ਤੂਫਾਨ ਤੇ ਹਨੇਰੀ ਦੇ ਨਾਲ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ ਜੇ ਪੰਜਾਬ ਦੇ ਵਿੱਚ 3 ਦਿਨ ਲਗਾਤਾਰ ਮੀਂਹ ਪੈਂਦਾ ਤਾਂ ਕਣਕਾਂ ਦੀ ਵਾਢੀ ਪੰਜਾਬ ਚ ਕਾਫੀ ਪ੍ਰਭਾਵਿਤ ਹੋਵੇਗੀ ਜ਼ਾਹਿਰ ਤੌਰ ਤੇ ਮਾਲੀ ਨੁਕਸਾਨ ਹੋਵੇਗਾ ਤੇ ਇਹ ਵੱਡਾ ਵੀ ਹੋ ਸਕਦਾ ਹੈ ਜੇ 3 ਦਿਨ ਲਗਾਤਾਰ ਮੀਂਹ ਪੈਂਦਾ ਰਹੇ ਉਤਰਾਖੰਡ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿੱਚ 10 ਤੋਂ ਬਾਅਦ ਅੱਜ 11 ਨੂੰ ਵੀ ਮੀਂਹ ਪੈਣ ਦੀ ਭਵਿੱਖਬਾਣੀ ਹੈ ਮੱਧ ਪ੍ਰਦੇਸ਼ ਵਿੱਚ ਵੀ 15 April ਤੱਕ ਮੀਂਹ ਪੈਂਦਾ ਰਹੇਗਾ ਪਿਛਲੇ 3 ਦਿਨਾਂ ਤੋਂ ਉੱਥੇ ਲਗਾਤਾਰ ਮੀਂਹ ਪੈ ਹੀ ਰਿਹਾ ਹੈ